ਪੁੱਤਰੋ ਕਿਆ ਸ਼ਬਦ ਹੈ ਤੇਰਾ, ਨਲਾਇਕ ਨੇ ਫਿਰ ਕੁਸੇ ਦੇ ਘਰ ਜੰਮਣ ਨਾ ਤੇ ਉਹ ਇਹ ਨਹੀਂ ਜੰਮਦੇ। ਬੜਾ ਅਕਲ ਬਣਾਈ ਲਿਆ ਉਹਨੇ, ਡੋਗਰਾ ਡੋਗਰਾ, ਉਹ ਕਿਹੜਾ ਡੋਗਰਾ, ਅਸ ਡੋਗਰਿਆ ਛਾਤੀ ਤਾਣੀ ਆਖਿਆ ਕਰਦੇ, ਅਸ ਡੋਗਰਿਆ ਸਾਰਾ ਬਜ਼ੁਰਗਾਂ ਗਿਲਗਤ ਜਿੱਤਿਆ, ਹੁੰਜ਼ਾ ਜਿੱਤਿਆ, ਤਿੱਬਤ ਜਿੱਤਿਆ, ਜਨਰਲ ਜੋਰਾਵਰ ਸਿੰਘ ਜੈਸੇ ਵਿਅਕਤੀ ਨੇ ਧੋਣੇ ਜੈਸੇ ਹੁੰਦੇ ਤੇ ਅੱਜ ਉਹ ਤਬਾਹੀ ਹੋਈ ਹੁੰਦੀ ਜੰਮੂ ਕਸ਼ਮੀਰ ਦੀ ਜਾਂ ਹਿੰਦੁਸਤਾਨ ਦੀ। ਉਹਨੇ ਪਰਵਾਹ ਨਹੀਂ ਕੀਤੀ, ਦਲ ਨਹੀਂ ਬਦਲੇ, ਕਦੀ ਇੱਕ ਪਿਓ ਬਣਾਇਆ ਕਦੀ ਦੂਗਾ ਪਿਓ ਬਣਾਇਆ, ਅਸੀਂ ਇੱਕ ਸਿਧਾਂਤ ਪਰ ਖੜੇ ਅੱਜ ਵੀ ਇਸ ਜਗ੍ਹਾ ਪਰ। ਤੁਸੀਂ ਕਦੀ ਡੋਗਰਾ ਸਵਾਭਿਮਾਨ ਬਣਾਈ ਲੈਂਦੇ ਹੋ, ਕਦੀ ਕਾਂਗਰਸ ਨੱਠੀ ਦਿਓ, ਕਦੀ ਦਾਲ ਲੱਗਦਾ ਤਾਂ ਬੀਜੇਪੀ ਵਿਚ ਵੀ ਆ ਜਾਂਦੇ ਹੋ ਤੇ ਫਿਰ ਸਾਰਾ ਪੈਸਾ ਖਾਈਏ, ਅਸੀਂ ਨੀ ਗੁਰਾਂਦੇ, ਸ਼ਰਮ ਆਉਣੀ ਚਾਹੀਦੀ ਆ, ਪੈਨਸ਼ਨ ਸਾਡੀ ਲੱਗਦੀ ਖਾਦੇ ਨੀ, ਛੋੜੋ ਮਜ਼ਾ ਤਾਂ ਆਇਆ, ਪੈਨਸ਼ਨ ਛੋੜੋ ਮੈਂ ਤਾਂ ਤੁਸੀਂ ਮੰਨਣ, ਖਾਈ ਵੀ ਜਾਣਾ ਤੇ ਕਰਕਾਈ ਵੀ ਜਾਣਾ। ਡੋਗਰਾ ਕੋਈ ਇਹਨੇ ਲਾਂਚਿੰਗ ਪੈਡ ਸਮਝਦਾ, ਡੋਗਰਾ ਡੋਗਰਾ ਆਖੀਏ ਕਿ ਡੋਗਰਾ ਦਾ ਸਰਟੀਫਿਕੇਟ, ਉਹ ਤੁਹਾਡਾ ਵੇਲਾ ਡੋਗਰਾ ਸਰਟੀਫਿਕੇਟ ਖਤਮ ਹੋਇਆ, ਆਰੋਪ ਸਾਡੇ ਉੱਪਰ ਲਾ ਦੇ, 5 ਫੁੱਟ 4 ਇੰਚ, 5 ਫੁੱਟ 4 ਇੰਚ, ਅਸੀਂ ਕੋਈ 18 ਫੁੱਟ ਆ ਗਏ, ਅਸੀਂ ਵੀ ਨਾ 5 ਫੁੱਟ 4 ਇੰਚ ਆਓ ਮੁਕਾਬਲਾ ਕਰ ਲਓ। ਉਹ ਤੁਹਾਡਾ ਸੀਨੀਅਰ ਅੰਦਰ ਵੀ ਦਿਲ ਹੈ ਤੇ ਸਾਡੇ ਕਦੋਂ ਕਿਸ਼ੋਰ ਹੈ, ਸਾਡੇ ਅੰਦਰ ਵੀ ਦਿਲ ਹੈ, ਤੁਹਾਡੇ ਬਾਈਆਂ ਵਿਚ ਵੀ ਖੂਨ ਹੈ ਤੇ ਸਾਡੇ ਵਿਚ ਨਹੀਂ ਹੈਗੇ, ਆਓ ਨਾ ਆਓ ਮੁਕਾਬਲਾ ਕਰਨੇ ਤਿਆਰ ਆ। ਇਹ ਡੀਂਕਾ ਤੁਸੀਂ ਹੋਰ ਕੀ ਮਾਰੀਆ ਦੱਸੋ, ਸ਼ੇਰੇ ਕਹਿੰਦੇ ਬਾਤ ਹੋਵੇ ਤਾਂ ਮਜ਼ਾ ਤਾਂ ਆਉਂਦਾ। ਤੁਸੀਂ ਸ਼ੇਖ ਅਬਦੁੱਲਾ ਦਾ ਕਹਿੰਦੇ ਸਮਝੌਤਾ ਕੀਤਾ ਤੇ ਮਹਾਰਾਜਾ ਹਰੀ ਸਿੰਘ ਜੀ ਤੁਸੀਂ ਕੱਢ ਉੜਿਆ, ਲਾਲ ਸਿੰਘ ਜੀ ਤੁਸੀਂ ਸ਼ਰਮ ਨਹੀਂ ਆਈ, ਤੁਸੀਂ ਡੋਗਰਾ ਡੋਗਰਾ ਕਰਾ ਦੇ, ਤੁਸੀਂ ਅੱਜ ਡੋਗਰੇ ਮਹਾਰਾਜਾ ਹਰੀ ਸਿੰਘ ਕੋਲ ਵੱਡਾ ਡੋਗਰਾ ਕਿਹੜਾ ਹੋ ਸਕਦਾ, ਵੀ ਜਵਾਬ ਦਿਓ ਕਿਹੜਾ ਡੋਗਰਾ ਹੋ ਸਕਦਾ ਮਹਾਰਾਜਾ ਹਰੀ ਸਿੰਘ ਕੋਲ ਵੱਡਾ, ਜਿਹੜਾ ਤੁਸੀਂ ਕਾਂਗਰਸ ਗਏ ਪੱਤਲ ਚੱਟਣੇ ਉਸਨੇ ਤੁਸੀਂ ਮਹਾਰਾਜਾ ਹਰੀ ਸਿੰਘ ਦੀ ਯਾਦ ਨਹੀਂ ਆਈ ਕਿ ਇਹਨਾਂ ਮੇਰੇ ਮਹਾਰਾਜਾ ਕੀ ਪਲਾਨ ਕਰੀਏ, ਨਹਿਰੂ ਨੇ ਤੇ ਸ਼ੇਖ ਅਬਦੁੱਲਾ ਨੇ ਜੰਮੂ ਕਸ਼ਮੀਰ ਚ ਕੱਢੂ ਲਿਆ, ਪੁੱਛਿਆ ਕੀ ਹੈ ਤਾਂ ਡੋਗਰਾ ਸਾਡੇ ਡਾਕਟਰ ਜਤਿੰਦਰ ਸਿੰਘ ਦੇ ਉੱਪਰ ਮਾਇਦਾ ਕੋਈ ਲਾਲ ਜੜਾ ਨਾ ਕੋਈ ਆਰੋਪ ਨਹੀਂ ਲਾਈ ਸਕਦਾ, ਇਮਾਨਦਾਰੀ ਦੇ ਕੰਨਾ ਰਾਜਨੀਤੀ ਕੀਤੀ ਹੈ। ਔਰ ਅੱਜ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੇ ਅਗਰ ਆਪਣੇ ਕੰਨਾ ਰੱਖਣਾ ਨਾ, ਇਮਾਨਦਾਰੀ ਦਾ ਪ੍ਰਤੀਕ ਹੈ ਡਾਕਟਰ ਜਤਿੰਦਰ ਸਿੰਘ। ਤੁਸੀਂ ਪਤਾ ਨਰਿੰਦਰ ਮੋਦੀ ਆਪਣੇ ਕੰਨਾ ਕੁਛ ਹੋਰ ਕੀ ਦੱਸਦਾ, ਉਸੀ ਲਾਇਕ ਆਦਮੀ ਚਾਹੀਦਾ, ਇੰਟੈਲੀਜੈਂਟ ਆਦਮੀ ਚਾਹੀਦਾ। ਔਰ ਜੰਮੂ ਕਸ਼ਮੀਰ ਦੇ ਲੋਕੋ, ਇਸ ਉਧਮਪੁਰ ਕਠੂਆ ਡੋਡਾ ਕਿਸ਼ਤਵਾੜ ਤੇ ਰਾਮਗੜ੍ਹ ਦੇ ਲੋਕੋ, ਇਹ ਤੁਹਾਡੀ ਖੁਸ਼ਕਿਸਮਤੀ ਹੈ ਕਿ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੇ ਕੰਨਾ ਸੰਘ ਸੰਘ ਚੱਲਣ ਵਾਲਾ ਆਦਮੀ ਸਾਰੀ ਧਰਤੀ ਦਾ ਲਾਲ ਹੈ। ਅੱਜ ਦੇਖੋ ਸਿੱਖਾਂ ਦਾ ਜਾਲ ਬੁਣੀ ਉੜਿਆ, ਬੜੇ ਬੜੇ ਪੁੱਲ ਬਣਾਏ ਉੜੇ, ਇਹ ਰਾਟਲ ਸੇਤੂ ਬਣਿਆ ਤੁਹਾਡਾ ਬਣਿਆ ਕਿ ਨਹੀਂ ਬਣਿਆ, ਪੁੱਲ ਬਣਾਇਆ ਡਾਕਟਰ ਜਤਿੰਦਰ ਸਿੰਘ ਨੇ, ਇਹ ਨਾਸ਼ੀ ਦਾ ਪੁੱਲ ਉਹਦਾ ਟਨਲ ਬਣਿਆ ਕੁੱਲ ਬਣਾਇਆ, ਇਹ ਏਮਸ ਆਂਦਾ ਸੈਂਟਰਲ ਯੂਨੀਵਰਸਿਟੀ ਕਿੰਨਾ ਕਿਸਨੇ ਕੀਤਾ ਭਾਈ, ਸਿਕਸ ਲੇਨ ਆ, ਸੋਚੀ ਨੀ ਸਕਦੇ ਭਾਈ, ਨਾਂਦੇੜ ਸਾਹਿਬ ਦਾ ਮਹਾਰਾਸ਼ਟਰ ਦਾ ਚੱਲਾ 6 ਲੇਨ, ਦਿੱਲੀ ਆਉਣਾ ਦਿੱਲੀ ਦਾ ਉਹ ਅੰਮ੍ਰਿਤਸਰ ਆਉਣਾ ਔਰ ਅੰਮ੍ਰਿਤਸਰ ਦਾ ਉਹ ਜਾਈਏ ਕਟੜਾ ਪੁੱਜਣਾ, ਕੁੱਲ ਬਣਾਇਆ ਉਹ ਜਿਹੜਾ ਹਰਾ ਪੁੱਤਰ ਉਹ ਬੇਵਕੂਫ ਆਦਮੀ ਉਹ ਡਾਕਟਰ ਜਤਿੰਦਰ ਸਿੰਘ ਲਈ ਆਵਾਂਗਾ, ਪੜ੍ਹਿਆ ਲਿਖਿਆ ਆਦਮੀ ਲਈ ਆਵਾਂਗਾ, ਇਹ ਫਰਕ ਹੈ ਦਮ ਦੇ ਵਿੱਚ, ਇਹ ਅਹਿਸਾਸ ਹੈ। ਔਰ ਅਗਰ ਕਿਸੇ ਇਸ ਗੱਲ ਦਾ ਲੋਕਾਂ ਦਾ ਅਹਿਸਾਸ ਜਿਹੜਾ ਹੈ ਨਾ ਉਹ ਡਾਕਟਰ ਜਤਿੰਦਰ ਸਿੰਘ, ਮੈਂ ਤੁਸੀਂ ਇੱਦਾਂ ਹੀ ਨਿਵੇਦਨ ਕਰਨਾ, ਬੜੇ ਕੰਮ ਕੀਤੇ ਮੋਦੀ ਨੇ ਸਾਹਿਬ, ਮੈਂ ਇੱਕ ਹੋਰ ਤੁਸੀਂ ਆਖਣਾ, ਕੋਈ ਸਾਡੇ ਵਿੱਚ ਭੇਦਭਾਵ ਨਹੀਂ ਹੈ, ਨਾ ਊਚ ਨੀਚ ਦਾ, ਨਾ ਹਿੰਦੂ ਦਾ, ਨਾ ਮੁਸਲਮਾਨ ਦਾ, ਨਾ ਸਿੱਖ ਦਾ, ਨਾ ਈਸਾਈ ਦਾ,
ਲੋਕਾਂ ਦੀ ਗੈਸ ਕਨੈਕਸ਼ਨ ਥੋੜੇ ਜਨਾਨੀਆਂ ਦਿੱਤੇ ਨੇ ਦਿੱਤੇ, ਕਿਸੇ ਨੇ ਕੀਤਾ ਕਿ ਤੂੰ ਮੁਸਲਮਾਨ ਹੈ ਤੂੰ ਵੀ ਨਹੀਂ ਦੇਣਾ, ਤੂੰ ਹਿੰਦੂ ਹੈ ਤੂੰ ਵੀ ਦੇਣਾ। ਉਹਨੇ ਆਖਿਆ ਜਿਸ ਤਕੜੀ ਦੇ ਵਿੱਚ ਆਉਂਦੇ ਉਹਨੇ ਜਾਣ ਦਿਓ। ਅੱਜ ਨਸੀਮਾ ਬੇਗਮ ਵੀ ਉਹ ਸਿਲੰਡਰ ਮਿਲਿਆ ਤਾਂ ਮੇਰੀ ਗੀਤਾ ਦੇਵੀ ਵੀ ਸਿਲੰਡਰ ਮਿਲਿਆ ਨਾ।